ਸਸ਼ਕਾ ਜੀ ਤੁਸੀਂ ਵੇਖ ਰਹੇ ਹੋ 5 ਵਡ ਤੇ ਤੁਹਾਡੇ ਨਾਲ ਹਾਂ ਸਿਮਰਨ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਅਸੀਂ ਕਾਫੀ ਖਾਸ ਸ਼ਖਸੀਅਤਾਂ ਦੀ ਮੁਲਾਕਾਤ ਕਰਵਾਈ ਦੀ ਹੈ 5 ਵਡ ਦੇ ਜ਼ਰੀਏ ਤੇ ਅੱਜ ਜੋ ਮੇਰੇ ਨਾਲ ਮੌਜੂਦ ਨੇ ਕੋਵਰ ਵਰਕ ਸਸ਼ਕਾ ਜੀ ਸਸ਼ਕਾ ਜੀ ਸੋ ਮੈਂ ਚਾਹਾਂਗੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਰੈਪ ਦੇ ਲਈ ਤੇ 뮤직 ਦੇ ਲਈ ਜਾਣਿਆ ਜਾਂਦਾ ਹੈ ਤੇ ਸਟਾਰਟਿੰਗ ਆਪਾਂ ਇੰਟਰਵਿਊ ਦੀ ਰੈਪ ਦੇ ਨਾਲ ਹੀ ਕਰੀਏ ਹਾਂਜੀ ਬਿਲਕੁਲ ਕਰ ਲੈਨੇ ਬਿੱਲੂ ਰਾਣੀ ਐ ਨਹੀਂ ਲੱਗੇ ਨੀਰੀ ਕੈਰ ਹੁਣੇ ਹੁਣੇ ਤੱਕਿਆ ਜਵਾਨੀ ਵਿੱਚ ਪੈਰ ਮੁੰਡਿਆਂ ਤੋਂ ਥੋੜੀ ਦੂਰੀ ਜੀ ਬਣਾ ਕੇ ਰੱਖੋ ਪਰ ਤੁਸੀਂ ਮੰਨ ਨਾ ਨਹੀਂ ਚਲੋ ਛੱਡੋ ਖੈਰ ਟੱਪ ਟੱਪ ਡੀਜੇ ਦਾ ਫਲੋਰ ਪੱਟੀ ਜਾਵੇ ਉੱਤੋਂ ਇੱਕੇ ਸੰਤਾਲੀ ਵਾਂਗੂ ਨੈਣਾ ਵਾਲੇ ਫੈਰ ਕਾ ਤੋ ਐਵੇਂ ਟੈਂਡ ਕਰੀ ਜਾਨੀ ਨਹੀਂ ਇਸ ਦੁੱਧ ਜੀ ਸਕਿਨ ਨੂੰ ਵਿੱਚ ਸ਼ਿਕਰ ਦਪੈਰ ਕਿਆ ਬਾਤ ਹੈ ਸੋ ਕੀ ਹੁਣੇ ਜਿਹੜਾ ਰੀਸੈਂਟ ਟਰੈਕ ਰਿਲੀਜ਼ ਹੋਇਆ ਚਲਕੋ ਮਸੀ ਉਸ ਨੂੰ ਕਰਨ ਦਾ ਕੀ ਰੀਜ਼ਨ ਸੀਗਾ ਕਿਉਂਕਿ ਉਹਨਾਂ ਨੇ ਆ ਦੀਪ ਹੁਣਾਂ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਉਹ ਕਹਿੰਦੇ ਵੀ ਉਹਨਾਂ ਨੇ ਪਹਿਲੀ ਵਾਰੀ ਗਾਣਾ ਕਰਨਾ ਸੀਗਾ ਤੇ ਉਸ ਗਾਣੇ ਨੂੰ ਚੂਜ਼ ਕਰਨ ਦਾ ਪਹਿਲਾ ਰੀਜ਼ਨ ਕੀ ਉਹ ਗਾਣਾ ਜਿੱਦਾਂ ਮੈਂ ਇੱਕ ਲਾਇਬ੍ਰੇਰੀ ਤਿਆਰ ਕਰ ਲੈਣਾ ਸੋ ਲਾਕਡਾਊਨ ਦੇ ਵਿੱਚ ਮੈਂ ਕਾਫੀ ਗਾਣੇ ਤਿਆਰ ਕੀਤੇ ਸੀ ਸੋ ਜਦੋਂ ਇਹ ਮੇਰੇ ਕੋਲ ਆਏ ਨੇ ਇਹਨਾਂ ਨੇ ਗਾਣਾ ਸੁਣਿਆ ਇਹ ਕਹਿੰਦੇ ਬਈ ਮੈਂ ਇਹ ਗਾਣਾ ਸਿਲੈਕਟ ਕਰਨਾ ਜਿੱਦਾਂ ਕਿ ਕਲਾਇੰਟਸ ਆਂਦੇ ਤੇ ਉਹ ਕਹਿੰਦੇ ਕਿ ਬਈ ਹਾਂ ਗਾਣੇ ਸੁਣਦੇ ਹੋ ਤੁਹਾਡੇ ਤੇ ਉਹਨਾਂ ਨੇ ਜਦੋਂ ਇਹ ਵਾਲਾ ਗਾਣਾ ਸੁਣਿਆ ਕਹਿੰਦੇ ਬਈ ਆ ਗਾਣਾ ਕਰਾਂਗੇ ਇਹਦੇ ਚਲਾਕੋ ਮਾਸੀ ਟਾ ਗਿਆ ਬੜਾ ਫਰੈਸ਼ ਹੈ ਔਰ ਸਰਫਰਾਜ਼ ਭਾਜੀ ਹੈ ਸਾਡੇ ਦੁਬਈ ਤੋਂ ਜਿਹੜੇ ਇਸ ਕੰਪਨੀ ਦੇ ਓਨਰ ਨੇ ਤੇ ਉਹਨਾਂ ਨੇ ਕਿਹਾ ਕਿ ਬਈ ਆ ਹੀ ਗਾਣਾ ਕਰਨਾ ਸੋ ਇਟਸ ਲਾਈਕ ਦੈਟ ਤੋ ਜੇਕਰ ਮੈਂ ਗੱਲ ਕਰਾਂ ਇਸ ਗਾਣੇ ਦੀ ਵੀ ਜਾਂ ਵੈਸੇ ਵੀ ਤੇ ਤੁਸੀਂ ਪੰਜਾਬੀ ਦੇ ਵਿੱਚ ਬਾਕੀ ਕਿਹੜੇ ਹੋਰ ਸਿੰਗਰਸ ਨੂੰ ਸੁਣਦੇ ਹੋ ਆਪਣੇ ਤੋਂ ਇਲਾਵਾ ਆਪਣੇ ਤੋਂ ਇਲਾਵਾ ਕਾਫੀ ਸਿੰਗਰਸ ਨੇ ਮੈਂ ਕਮਲ ਖਾਨ ਨੂੰ ਸੁਣਦਾ ਬਹੁਤ ਐਂਡ ਮੈਨੂੰ ਸੁਰੀਲੇ ਗਾਣੇ ਬੜੇ ਅੱਛੇ ਲੱਗਦੇ ਜਿੱਦਾਂ ਲਾਈਕ ਮੈਂ ਸਲੀਮ ਭਾਈ ਨੂੰ ਬਹੁਤ ਫੋਲੋ ਕਰਦਾ ਉਹਨਾਂ ਦੇ ਲਾਈਵ ਸ਼ੋਅ ਬਹੁਤ ਦੇਖਦਾ ਤੇ ਹੋਰ ਜਿਹੜੇ ਅੱਜਕੱਲ ਜਿਹੜੇ ਟ੍ਰੈਂਡੀ Songਸ ਨੇ ਉਹ ਬਹੁਤ ਸੁਣ ਰਿਹਾ ਮੈਂ AP Tillo ਵਗੈਰਾ ਸੋ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਹੈ ਸੁਪਰ ਹਿੱਟ ਗਾਣੇ ਦਿੱਤੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਸੋ ਅੱਜ ਕੱਲ ਦਾ ਜਿਹੜਾ ਟ੍ਰੈਂਡ ਚੱਲ ਰਿਹਾ ਇੱਕ ਵਿਊਜ਼ ਨੂੰ ਦੇਖ ਕੇ ਕਾਫੀ ਜ਼ਿਆਦਾ ਜਜ ਕੀਤਾ ਜਾਂਦਾ ਇਹਦੇ ਇੰਨੇ 100 ਮਿਲੀਅਨ ਹੋ ਗਏ ਇੰਨੇ 100 ਮਿਲੀਅਨ ਹੋ ਗਏ ਵਿਊਜ਼ ਤੇ ਸੋਸ਼ਲ ਮੀਡੀਆ ਤੇ ਚਾਹੇ ਇੰਸਟਾਗ੍ਰam ਦੀ ਗੱਲ ਕੀਤੀ ਇੰਨੇ ਸਾਰੇ ਫਾਲੋਅਰਸ ਨੇ ਇੰਨੇ ਮਿਲੀਅਨ ਫਾਲੋਅਰਸ ਕਦੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਵੇਖ ਕੇ ਇਨਸਿਕਿਉਰਿਟੀ ਆਉਂਦੀ ਹੈਗੀ ਆ ਵੀ ਮੈਂ ਵੀ ਇਹਨਾਂ ਨਾਲ ਸਿਗਾ ਜਾਂ ਮੈਂ ਇਹਨਾਂ ਤੋਂ ਅੱਗੇ ਨਿਕਲਣਾ ਹੈ ਕਦੇ ਕੰਪੀਟੀਸ਼ਨ ਵਾਲੀ ਜਾਂ ਇਨਸਿਕਿਉਰਿਟੀ ਕਦੀ ਵੀ ਨਹੀਂ ਆਈ ਕਿਉਂਕਿ ਜੇ 100 ਮਿਲੀਅਨ ਦੀ ਗੱਲ ਕਰੀ ਉਹ ਵੀ ਦੇ ਦیتے ਨੇ ਅਸੀਂ ਤੇ ਮਿਲੀਅਨਸ ਦੀ ਕੋਈ ਮੇਰੀ ਐਸਚ ਗੇਮ ਨਹੀਂ ਹੈ ਮੈਨੂੰ ਸਿਰਫ ਇਹ ਹੈ ਕਿ ਮੇਰਾ ਪ੍ਰੋਡਕਟ ਅੱਛਾ ਹੋਵੇ ਜਦੋਂ ਮਾਰਕੀਟ ਚਾਵੇ ਤੇ ਲੋਕ ਐਪਰੀਸ਼ੀਏਟ ਕਰਨ ਤੇ ਉਹ ਪੂਰਾ ਕੰਪਲੀਟ ਇੱਕ ਪੈਕੇਜ ਹੋਵੇ ਸੋ ਆਡੀਅנס ਦੇ ਟੇਸ ਦੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਅਪਗ੍ਰੇਡ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਇਸ ਚੀਜ਼ ਦੀ ਕਿੰਨੀ ਕਿ ਇੰਪੋਰਟੈਂਸ ਮੰਨਦੇ ਹੋ ਦੇਖੋ ਡੇ ਬਾਈ ਡੇ ਮਹੌਲ ਚੇਂਜ ਹੁੰਦੇ ਨੇ ਡੇ ਬਾਏ ਡੇ ਮਿਊਜ਼ਿਕ ਦੀ ਵਾਈਬ ਚੇਂਜ ਹੁੰਦੀ ਹੈ ਸੋ ਉਸ ਅਕੋਰਡਿੰਗਲੀ ਅਸੀਂ ਵਰਕ ਕਰਦੇ ਹਾਂ ਤੇ ਜੋ ਵਾਈਬ ਚੱਲ ਰਹੀ ਹੁੰਦੀ ਹੈ ਜੋ ਲੋਕਾਂ ਨੂੰ ਚਾਹੀਦਾ ਹੁੰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹੀ ਅਸੀਂ ਉਹਨਾਂ ਨੂੰ ਡਿਲੀਵਰ ਕਰੀਏ ਕ੍ਰਿਟਿਸਿਜ਼ਮ ਦੋ ਤਰੀਕੇ ਦਾ ਹੁੰਦਾ ਹੈ 네ਗੇਟਿਵ ਔਰ ਪੋਜ਼ਿਟਿਵ ਤੇ ਪੋਜ਼ਿਟਿਵ ਤੇ 네ਗੇਟਿਵ ਕ੍ਰਿਟਿਸਿਜ਼ਮ ਦੋਨਾਂ ਨੂੰ ਕਿਸ ਤਰੀਕੇ ਡੀਲ ਕਰਦੇ ਹੋ ਮੈਂ ਫੋਕਸ ਹੀ ਨਹੀਂ ਕਰਦਾ ਇਸ ਸਭ ਚੀਜ਼ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇਸੇ ਕਰਕੇ ਮੈਂ ਬੜਾ ਸ਼ਾਇਆ ਮੈਂ ਕੈਮਰਾ ਮੈਂ ਜਦੋਂ ਸ਼ੂਟ ਕਰਨਾ ਹੈ ਗਾਣਾ ਸ਼ੂਟ ਕਰਨਾ ਹੈ ਉੱਥੇ ਮੈਂ ਬਿਲਕੁਲ ਸ਼ਾਇ ਨਹੀਂ ਹਾਂ ਪਰ ਵੈਨ ਇਟਸ ਕਮ ਟੂ ਇੰਟਰਵਿਊਜ਼ অর ਹੋਰ ਚੀਜ਼ਾਂ ਮੈਂ ਬੜਾ ਸ਼ਾਇਆ ਹਾਂ ਕੈਮਰਾ ਸ਼ਾਇ ਇਸ ਮਾਮਲੇ ਦੇ ਵਿੱਚ ਕਿਉਂਕਿ ਮੈਂ ਕਿਸੇ ਕੌਂਟ੍ਰੋਵਰਸੀ ਜਪੜਨਾ ਪਸੰਦੀ ਨਹੀਂ ਕਰਦਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੇਰਾ ਇੱਕੋ ਫੋਕਸ ਹੈ ਟੂ ਮੇਕ ਅ 뮤직 ਟੂ ਮੇਕ ਅ ਗੁੱਡ ਲਿਰਿਕਸ ਰਾਈਟ ਗੁੱਡ ਲਿਰਿਕਸ ਸੋ ਮੈਂ ਉਹਦੇ ਤੇ ਹੀ ਰਹਿਣਾ ਚਾਹੁੰਦਾ ਹਾਂ ਕਿ ਜ਼ਿਆਦਾਤਰ ਅਸੀਂ ਵੇਖਿਆ ਹੈਗਾ ਕਿ ਮਿਊਜ਼ਿਕ ਡਾਇਰੈਕਸ਼ਨ ਕਰਦੇ ਕਰਦੇ ਰੈਪ ਕਰਨ ਲੱਗ ਜਾਂਦੇ ਨੇ ਆਰਟਿਸਟ ਪਰ ਤੁਹਾਡੀ ਜਿਹੜੀ ਸ਼ੁਰੂਆਤ ਇੱਕ ਰੈਪਰ ਵੱਜੋਂ ਹੋਈ ਸੀ ਤੇ ਮਿਊਜ਼ਿਕ ਆਪ ਬਣਾਉਣ ਲੱਗੇ ਇਸ ਦੇ ਪਿੱਛੇ ਕੀ ਕਾਰਨ ਰਿਹਾ ਕੀ ਜਰਨੀ ਰਹੀ ਮੈਂ ਤੁਹਾਨੂੰ ਦੱਸਿਆ ਨਾ ਜਿੱਦਾਂ ਸਟਾਰਟਿੰਗ ਦੇ ਵਿੱਚ ਕਿ ਮੈਂ ਜਦੋਂ ਰੈਪ ਕਰਦਾ ਹੁੰਦਾ ਸੀਗਾ ਤੇ ਜੋ ਮੈਂ ਬੀਟਸ ਉਠਾਂਦਾ ਸੀ ਯੂਟਿਊਬ ਤੋਂ ਜਾਂ ਹੋਰ ਜਿਹੜੀ ਐਪਸ ਤੋਂ ਐਪਸ ਤੋਂ ਜਦੋਂ ਉਸ ਟਾਈਮ ਤੇ ਉਸ ਟਾਈਮ ਤੇ ਯੂਟਿਊਬ ਨਹੀਂ ਸੀਗਾ ਉਸ ਟਾਈਮ ਤੇ ਕਾਫੀ ਹੋਰ ਐਪ ਸੀਗੇ ਜਿੱਤੋਂ ਅਸੀਂ ਇਨਸਟਰੂਮੈਂਟਲ ਡਾਊਨਲੋਡ ਕਰ ਲੈਂਦੇ ਸੀਗੇ ਪਰ ਉਹ ਮੈਨ ਸੈਟੀਸਫਾਈ ਨਹੀਂ ਹੁੰਦਾ ਸੀ ਮੈਨੂੰ ਹੁੰਦਾ ਸੀ ਕਿ ਨਹੀਂ ਇੱਥੇ ਇਹ ਚੇਂਜ ਕਰ ਸਕਦਾ ਇੱਥੇ ਇਹ ਹੋ ਸਕਦਾ ਸੋ ਉਸ ਕਰਕੇ ਫਿਰ ਮੈਂ 뮤זיਕ ਸਟਾਰਟ ਕੀਤਾ ਐਂਡ ਸਲੋਲੀ ਸਲੋਲੀ ਸੋ ਅੱਜ ਕਾਫੀ دیر ਬਾਅਦ ਮੀਡੀਆ ਦੇ ਵਿੱਚ ਆਏ ਹੋ ਤੁਸੀਂ ਕਿਹਾ ਵੀ ਕਾਨਫਰੈਂਸ ਦੇ ਲਈ ਤੁਹਾਨੂੰ ਕਿਹਾ ਗਿਆ ਸੀਗਾ ਵੀ ਆਉਣ ਆਇਆ ਗਾਣਾ ਰਿਲੀਜ਼ ਹੋਇਆ ਸੋ ਅੱਜ ਦੀ ਕਨਵਰਸੇਸ਼ਨ ਜਿੰਨੀ ਕਮੀਡੀਅਨ ਨਾਲ ਹੋਈ ਹੈ ਆਈ ਥਿੰਕ ਕਾਫੀ ਕੂਲ ਰਹੀ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਤੁਹਾਡੇ ਵਿੱਚ ਕੋਈ ਬਦਲਾਅ ਆਊਗਾ ਵੀ ਜਲਦੀ ਮਿਲੋਗੇ ਮੀਡੀਆ ਨਾਲ ਮੈਂ ਡੈਫੀਨਿਟਲੀ ਜੇ ਕੋਈ ਨੈਕਸਟ ਰਿਲੀਜ਼ ਕਰਾਂਗੇ ਜੋ ਉਹਦੀ ਵੀ ਪ੍ਰੈਸ ਕਾਨਫਰੈਂਸ ਹੋਏਗੀ ਤੇ ਡੈਫੀਨਿਟਲੀ ਮੈਂ ਪ੍ਰੇਫਰ ਕਰਾਂਗਾ ਕਿ ਮੈਂ ਹੁਣ ਦੁਬਾਰਾ ਆ ਕੇ ਮੀਡੀਆ ਨਾਲ ਗੱਲ ਕਰਾਂ ਅਪਕਮਿੰਗ ਪ੍ਰੋਜੈਕਟਸ ਦੇ ਬਾਰੇ ਜ਼ਰੂਰ ਚਾਹਾਂਗੀ ਦਰਸ਼ਕਾਂ ਨੂੰ ਕਾਫੀ ਸੌਂਗਸ ਨੇ ਕਾਫੀ ਆਰਟਿਸਟਾਂ ਨਾਲ ਮੇਰੇ ਫੀਚਰਿੰਗ ਹੁਣ ਜਿਹੜੀ ਰਿਲੀਜ਼ ਹੋਣ ਵਾਲੀ ਹੈ ਸੋ ਹੌਲੀ ਹੌਲੀ ਜਦੋਂ ਆਏਗਾ ਤੇ ਤੁਹਾਨੂੰ ਲਿੰਕ ਸ਼ੇਅਰ ਕਰਾਂਗੇ ਵੇਖਿਓ ਫਿਰ ਫਿਰ ਦੁਬਾਰਾ ਇੰਟਰਵਿਊ ਲਿਆਓ ਹਾਂਜੀ ਹਾਂਜੀ ਡੈਫੀਨਿਟਲੀ ਅੱਛਾ 올 ਬਲੈਕ ਪਾ ਕੇ ਆਣ ਦਾ ਕੀ ਕਾਰਨ ਹੈ ਆਈ ਲਵ ਬਲੈਕ ਮੇਰਾ ਫੇਵਰੇਟ ਕਲਰ ਹੈ like that that's why i'm making good music okay. so five would the darshkan waakir te ki kehna chahoon uh, ek ko gal kahunga ki apna khayal rakho uh, jo hun uh, corona da time nikleya apni family nal zyada time spend karo te jidda ki main vi karda main koshish ae karda ha ki jo maximum time hove main apni family nu no dawa mamma papa nu no dawa kyunki us time te kafi lokan ne apni families de lok khoe ne te tusi dhyan rakho apni family walean ਥੈਂਕ ਯੂ ਸੋ ਮੱਚ ਵਾਹ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ 올 द वेरी बेस्ट फॉर योर ਫਿਚਰ ਪਲਾਨਸ ਥੈਂਕ ਯੂ ਸੋ ਇਸਨ ਸਡਨ ਅਲ ਕਵਰ ਵਰਕ ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਸਿਮਰਨ ਹੰਸ ਨੂੰ ਦੇ ਇਜਾਜ਼ਤ ਤੁਸੀਂ ਵੀ ਇੱਕ ਦਿਰੋ ਫਾਈਵਰ